ਕੇ ਕਰਾਇਆ ਵੀ ਨਹੀਂ ਇੱਦਾਂ ਕਿ ਪਹਿਲਾਂ 7 ਮਹੀਨੇ ਆਪਣੀ ਭੈਣ ਕੋਲ ਰੱਖ ਛੱਡਿਆ, ਮੁੜ ਕੇ 3 ਮਹੀਨੇ ਇੱਥੇ ਰੱਖ ਛੱਡਿਆ ਅਤੇ ਮੁੜ ਕੇ ਪਤਾਪੁਰ ਦਾ। ਅੱਛਾ, ਅਤੇ ਕੀ ਕਹਿੰਦਾ ਕੀ ਸੀਗਾ? ਕਹਿੰਦਾ ਕਿ ਹੁਣ ਪਹਿਲਾਂ ਮੈਨੂੰ ਕਹਿੰਦਾ ਵੀ ਵਿਆਹ ਕਰਾਊਂਗਾ, ਅਤੇ ਹੁਣ ਆਉਂਦਾ ਕਿ ਮੈਂ ਨਹੀਂ ਰੱਖਣਾ ਨਾ ਮੈਂ ਵਿਆਹ ਕਰਾਉਂਦਾ। ਕਰਦਾ ਕੀ ਮੁੰਡਾ? ਮੁੰਡਾ ਕਿ ਇੱਦਾਂ ਪੈਲੀ ਬੰਨੇ ਦਾ ਕੰਮ ਕਰਦਾ। ਕਿਹਦਾ ਕੰਮ ਕਰਦਾ? ਪੈਲੀ ਬੰਨੇ ਦਾ ਕੰਮ ਕਰਦਾ। ਅੱਛਾ, ਪੈਲੀ ਬੰਨੇ ਦਾ ਕੰਮ। ਹਾਂਜੀ। ਅਤੇ ਮਿਲੇ ਕਿੱਦਾਂ ਸੀਗਾ ਤੁਸੀਂ, ਜਾਂ ਕਿਸ ਤਰ੍ਹਾਂ ਉਹਨੇ ਤੁਹਾਨੂੰ ਕਿਹਾ ਸੀ? ਇਕੱਲੇ ਹੀ ਹੋ ਕੇ ਹੋਰ ਵੀ ਬੰਦਾ ਕਿਸੇ ਨੂੰ ਝਾਂਸਾ ਝੂੰਸਾ ਦਿੱਤਾ? ਨਹੀਂ ਨਹੀਂ, ਝਾਂਸਾ ਨਹੀਂ, ਮੈਨੂੰ ਧਮਕੀ ਲਾਈ ਸੀ ਵੀ ਮੈਂ ਤੈਨੂੰ ਮਾਰ ਦੇਣਾ ਜੇ ਤੂੰ ਮੇਰੇ ਨਾਲ ਨਾ ਵਿਆਹ ਕਰਾਇਆ। ਅੱਛਾ। ਮੈਨੂੰ ਧਮਕੀ ਲਾ ਕੇ ਤਾਂ ਲੈ ਗਿਆ ਇੱਥੋਂ ਕੱਢ ਕੇ, ਅਤੇ ਮੁੜ ਕੇ ਮੇਰੇ ਨਾਲ ਇੱਦਾਂ 7 ਮਹੀਨੇ ਮੈਨੂੰ ਰੱਖ ਛੱਡਿਆ, 2 ਮੇਰੇ ਕੇਸ ਵੀ ਖਰਾਬ ਕੀਤੇ, ਅਤੇ ਮੁੜ ਕੇ ਮੇਰੇ ਨੂੰ ਲਾਰਾ ਲੂਰਾ ਲਾ ਕੇ ਇੱਥੇ ਵੀ ਕਿਰਾਏ 'ਤੇ ਰਹਿੰਦੇ ਰਹੇ 3 ਮਹੀਨੇ, ਅਤੇ ਇੱਥੋਂ ਵੀ ਲਾਰਾ ਲਾ ਕੇ ਮੁੜ ਕੇ ਕਹਿੰਦਾ ਮੈਂ ਨਹੀਂ ਰੱਖਣੀ। ਅਤੇ ਅੱਜ ਫਿਰ ਤੁਸੀਂ ਮਿਲਣਾ ਆਏ ਸੀ ਕਿ ਸੀ ਪੀ ਸਾਹਿਬ ਨੂੰ ਕੀ ਕਹਿੰਦੇ? ਉਹਨਾਂ ਨੇ ਫਿਰ ਮੁੰਡਾ ਗਲਤ ਨਹੀਂ ਹੋਈ ਉਹਨਾਂ ਦੇ ਨਾਲ ਅਤੇ ਤੁਸੀਂ ਕੋਈ ਕੰਪਲੇਂਟ ਦਰਜ ਕਰਾਈ ਉਹਦੇ? ਹਾਂਜੀ ਕਰਾਈ ਆ, ਅਤੇ ਪਰ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਨੇ ਵੀ ਕੀਤਾ ਕੋਈ ਤੁਹਾਡੇ ਕੇਸ ਦਰਜ ਕੀਤਾ? ਕੇਸ ਕੀਤਾ ਉਹਨਾਂ ਨੇ। ਕੀ ਕਿਹਾ? ਓਕੇ, ਕਿਸ ਚੀਜ਼ ਦਾ ਕੇਸ ਕੀਤਾ? ਕੇਸ ਉਹਨਾਂ ਕੀਤਾ ਕਿ ਅਸੀਂ ਤਲਾਕ ਲੈਣਾ ਹੈ। ਅੱਛਾ, ਵਿਆਹ ਹੋਇਆ ਨਹੀਂ ਤਾਂ ਤਲਾਕ ਦੀ ਕਿੱਦਾਂ ਉਹਨਾਂ ਨੇ? ਵਿਆਹ ਹੋਇਆ ਤੁਹਾਡਾ? ਕੁਛ ਨਹੀਂ ਹੋਇਆ ਜੀ। ਅੱਛਾ। ਅਤੇ ਉਹਨਾਂ ਨੇ ਕੇਸ ਲਾਇਆ ਪਿਆ, ਕਹਿੰਦੇ ਅਸੀਂ 30,000 ਰੁਪਇਆ ਦਿੱਤਾ ਕੇਸ ਲਾਇਆ ਤੁਹਾਡੇ। ਅੱਛਾ, ਤੁਹਾਨੂੰ ਨੋਟਿਸ ਆਇਆ ਕੋਈ? ਸਾਨੂੰ ਨਹੀਂ ਕੁਛ ਨਹੀਂ ਆਇਆ। ਘਰ ਕੌਣ ਕੌਣ ਹੈਗਾ ਤੁਹਾਡੇ? ਮੇਰੇ ਮੰਮੀ ਪਾਪਾ, 2 ਬ੍ਰਦਰ ਅਤੇ ਮੈਂ ਅਤੇ ਦਾਦੀ। ਪਤਾ ਸੀ ਤੇ ਉਹਦੇ ਨੂੰ, ਸਾਰੇ ਦੋਵਾਂ ਪਰਿਵਾਰਾਂ ਨੂੰ ਪਤਾ ਸੀ। ਮੁੰਡਾ ਪਤਾਪੁਰ ਦਾ ਰਹਿਣ ਵਾਲਾ, ਰਵਿੰਦਰ ਸਿੰਘ ਉਹਦਾ ਨਾਮ ਆ। ਪਹਿਲੋਂ ਤੇ ਜੈ ਭੀਮ ਤੇ ਸਮਾਜ ਦੇ ਸਾਰੇ ਇਸ਼ਟਾਂ ਨੂੰ ਨਮਨ। ਅੱਜ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਤੋਂ ਆਏ ਸਾਂ ਕਿ ਫਤਿਹਪੁਰ ਪਿੰਡ ਦੇ ਵਿੱਚ 2 ਸਾਡੀਆਂ ਧੀਆਂ ਜਿਨ੍ਹਾਂ ਨੂੰ ਲਿਵਿੰਗ ਰਿਲੇਸ਼ਨ ਦੇ ਔਰਡਰ ਦੇ ਵਿੱਚ ਵਰਤਿਆ ਜਾਂਦਾ ਹੈ ਕਿ ਤੁਹਾਡੇ ਨਾਲ ਵਿਆਹ ਕਰਾ ਲਾਂਗੇ, ਜਦੋਂ ਵਿਆਹ ਦੀ ਡਿਮਾਂਡ ਕਰਦੀਆਂ ਤਾਂ ਮੁੰਡਿਆਂ ਵਾਲੇ ਵੱਲੋਂ ਕੀ ਕੀਤਾ ਜਾਂਦਾ, ਮਾਂਯੋਗ ਕੋਰਟ ਦੇ ਵਿੱਚ ਕੇਸ ਲਾ ਦਿੱਤਾ ਜਾਂਦਾ ਕਿ ਸਾਡਾ ਇਹਨਾਂ ਤੋਂ ਛੁਟਕਾਰਾ ਕਰਵਾਓ। ਜਦੋਂ ਤੁਸੀਂ ਉਹਨੂੰ ਫਰੈਂਡਸ਼ਿਪ ਰੱਖਦੇ ਹੋ, ਉਹਨੂੰ ਸਰੀਰਕ ਤੌਰ 'ਤੇ ਉਹਦਾ ਸ਼ੋਸ਼ਣ ਕਰਦੇ ਹੋ, ਤਾਂ ਤੁਸੀਂ ਉਦੋਂ ਨਹੀਂ ਦੇਖਦੇ ਕਿ ਉਹਨਾਂ ਜਿਹੜੀ ਸਾਡੀ ਭੈਣ ਆ ਉਹਦੀ ਇੱਜ਼ਤ ਦਾ ਕੀ ਸਵਾਲ ਹੋਏਗਾ, ਅੱਗੋਂ ਉਹਨੇ ਕਿੱਦਾਂ ਢੋ ਮੇਲਾ ਲਾਉਣਾ, ਕਿਤੇ ਜਾ ਕੇ ਉਹਦਾ ਵਿਆਹ ਕਰਨਾ, ਕਿੰਨੀ ਦਿੱਕਤ ਹੋਏਗੀ। ਲੇਕਿਨ ਜਿਹੜਾ ਲਿਵਿੰਗ ਰਿਲੇਸ਼ਨਸ਼ਿਪ ਦੇ ਨਾਂ 'ਤੇ ਇੱਕ ਧੀਆਂ ਭੈਣਾਂ ਨੂੰ ਵਰਤਿਆ ਜਾ ਰਿਹਾ, ਨੈਕਸਿਸ ਜਿਹੜਾ ਵੱਡਾ ਹੋ ਰਿਹਾ, ਅਤੇ ਉਹ ਮਾਂਯੋਗ ਕੋਰਟ ਵੀ ਜਿਹੜੀ ਆ ਕਿ ਇਸ ਉਸ ਤੋਂ ਬਾਅਦ ਕੋਰਟ ਦੇ ਵਿੱਚ ਕੇਸ ਲੱਗਿਆ ਜਾਂਦਾ ਅਤੇ ਕੇਸ ਦੇ ਵਿੱਚ ਪੁਲਿਸ ਕਾਰਵਾਈ ਨਹੀਂ ਕਰਦੀ। ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਹੀ ਮਿਲ ਕੇ ਦੱਸਣ ਆਏ ਸਾਂ ਕਿ ਅਗਰ ਕਿਸੇ ਕੁੜੀ ਦੀ ਰਿਕੁਐਸਟ ਪਹਿਲੋਂ ਚੱਲਦੀ ਪਈ ਆ ਕੋਰਟ ਕੇਸ ਤੋਂ ਪਹਿਲੋਂ, ਅਤੇ ਉਹਨੂੰ ਪਰਸਨਲੀ ਡੀਲ ਕੀਤਾ ਜਾਵੇ, ਕਿਸੇ IPS ਅਧਿਕਾਰੀ ਦੀ ਡਿਊਟੀ ਲਵਾਈ ਜਾਵੇ, ਤਾਂ ਜੋ ਇਹ ਨੈਕਸਿਸ ਨੂੰ ਠੰਡ ਪਾਈ ਜਾਵੇ। ਅਤੇ ਮੇਰੀ ਸਰਕਾਰਾਂ ਨੂੰ ਵੀ ਬੇਨਤੀ ਆ ਕਿ ਜਿਹੜਾ ਲਿਵਿੰਗ ਰਿਲੇਸ਼ਨ ਦਾ ਇੱਕ ਆਰਡਰ ਆ ਉਹ ਸਾਡੀ ਸੱਭਿਅਤਾ ਦੇ ਖਿਲਾਫ ਹੈਗਾ, ਸਾਡੇ ਪੰਜਾਬ ਦੇ ਵਿੱਚ ਘਾਣ ਕਰ ਰਿਹਾ। ਜਦੋਂ ਲਿਵਿੰਗ ਰਿਲੇਸ਼ਨ ਦਾ ਆਰਡਰ ਕਰ ਦਿੰਦੇ, ਕਈ ਪਰਿਵਾਰ ਜਿਹੜੇ ਆ ਤਬਾਹ ਹੋ ਗਿਆ। ਅੱਜ ਆਪਾਂ ਪੰਜਾਬ ਦੇ ਵਿੱਚ ਦੇਖਦੇ ਹਾਂ ਕਈ ਧੀਆਂ ਦੇ ਇਸ ਤਰ੍ਹਾਂ ਹੋਇਆ ਵਾ, ਕਈ ਧੀਆਂ ਨਾਲ ਇੱਦਾਂ ਦਾ ਹੋਇਆ ਕਿ ਦੂਸਰੀਆਂ ਉਹ ਆਪਣੀ ਜਨਾਨੀ ਨੂੰ ਛੱਡ ਕੇ ਦੂਸਰੀ ਜਨਾਨੀ ਕੋਲ ਚਲੇ ਜਾਂਦੇ, ਅਤੇ ਉਸ ਜਨਾਨੀ ਦਾ ਘਰ ਵੀ ਜਾਂਦਾ, ਉਸਦੇ ਜਨਾਨੀ ਦੇ ਬੱਚੇ ਵੀ ਜਾਂਦੇ ਆ। ਬਹੁਤ ਕੁਛ ਵੇਖਣ ਨੂੰ ਮਿਲਦਾ ਕਿ ਲੱਗਦਾ ਕਿ ਅਨਪੜ੍ਹਤਾ ਜਿਹੜੀ ਆ ਉਹ ਥੋੜ੍ਹੀ ਜਿਹੀ ਹੈਗੀ ਹੋ ਜਾਂਦੀ ਸੀ ਲੈ ਕੇ ਜੀਵਨ ਕਿਸੇ। ਦੇਖੋ ਜੀ, ਅਨਪੜ੍ਹਤਾ ਤਾਂ ਹੈਗੀ ਆ ਪੰਜਾਬ ਦੇ ਵਿੱਚ, ਕਿਉਂਕਿ ਸਰਕਾਰ ਐਜੂਕੇਸ਼ਨ ਦੇ ਉੱਤੇ ਫੇਲ ਹੈਗੀ ਆ। ਐਜੂਕੇਸ਼ਨ 'ਤੇ ਫੇਲ ਹੋਣ ਦਾ ਮਕਸਦ ਹੈਗਾ ਕਿ ਤੁਹਾਨੂੰ ਤੁਹਾਡੇ ਅਧਿਕਾਰ ਜਿਹੜੇ ਆ ਵਾਂਝੇ ਹੋ ਜਾਣਗੇ, ਤੁਸੀਂ ਅਧਿਕਾਰਾਂ ਤੋਂ ਤੁਹਾਨੂੰ ਨੌਲੇਜ ਨਹੀਂ ਹੋਏਗੀ, ਤੁਹਾਡੀ ਮਾਨਸਿਕਤਾ ਨਹੀਂ ਵਧੇਗੀ। ਮਾਨਸਿਕਤਾ ਨਾ ਵਧਣਾ, ਤੁਹਾਡਾ ਤੁਸੀਂ ਕਾਰੋਬਾਰ 'ਤੇ ਕੋਈ ਧਿਆਨ ਨਹੀਂ ਲਾ ਸਕਦੇ, ਵਿੱਤ ਨਹੀਂ ਕਮਾ ਸਕਦੇ ਜੇ ਮਾਨਸਿਕਤਾ ਨਹੀਂ ਹੈਗੀ।
ਐਜੂਕੇਸ਼ਨ ਦਾ ਵੱਡਾ ਇਫੈਕਟ ਹੈਗਾ, ਐਜੂਕੇਸ਼ਨ ਦੇ ਇਫੈਕਟ ਦੇ ਕਾਰਨ ਹੀ ਇਹ ਜਿਹੜੀਆਂ ਚੀਜ਼ਾਂ ਪੰਜਾਬ 'ਚ ਵਿੱਚ ਫੈਲਦੀਆਂ। ਲੇਕਿਨ ਉੱਥੋਂ ਸਰਕਾਰਾਂ ਵੱਲੋਂ ਵੀ ਜਿਹੜੀਆਂ ਹੱਲਾਸ਼ੇਰੀਆਂ ਦਿੱਤੀਆਂ ਜਾਂਦੀਆਂ, ਮੇਰੀ ਮਾਨਯੋਗ ਸੁਪਰੀਮ ਕੋਰਟ ਨੂੰ ਬੇਨਤੀ ਆ ਕਿ ਇਸ ਜਿਹੜਾ ਲਿਵਿੰਗ ਰਿਲੇਸ਼ਨ ਦਾ ਤੁਸੀਂ ਇੱਕ ਰੂਲ ਕੱਢਿਆ ਆ, ਇਹਦੇ ਉੱਤੇ ਕਿਤੇ ਨਾ ਕਿਤੇ ਜਾਂਚ ਕੀਤੀ ਜਾਵੇ ਸਾਡੀ ਸੱਭਿਅਤਾ ਦੇ ਖਿਲਾਫ। ਦੇਖੋ ਜੀ, ਮੋਸਟਲੀ ਆਪਾਂ ਪਿੰਡਾਂ ਦੇ ਵਿੱਚ ਸਰਵੇ ਕਰੀਏ ਤਾਂ ਹਰ ਪਿੰਡ ਦੀ ਧੀ ਉਸੇ ਪਿੰਡ 'ਚ ਵਿਆਹੀ ਜਾ ਰਹੀ ਹੈ। ਇਹ ਜਿਹੜੀ ਰੀਤ ਚੱਲਦੀ ਆ ਰਹੀ ਹੈ, ਇਸ ਰੀਤ ਨੂੰ ਖਤਮ ਕਰਨ ਲਈ ਪਿੰਡ ਵਾਲੇ ਨਹੀਂ ਚਾਹੁੰਦੇ, ਉਹਨਾਂ ਦੇ ਬਜ਼ੁਰਗ ਨਹੀਂ ਚਾਹੁੰਦੇ ਕਿ ਸਾਡੀਆਂ ਧੀਆਂ ਇਸੇ ਪਿੰਡ 'ਚ ਰਹਿਣ, ਕਿਉਂਕਿ ਧੀਆਂ ਤੁਹਾਨੂੰ ਪਤਾ ਪੁਰਾਣੇ ਪਿੰਡਾਂ ਦੀ ਸੱਭਿਅਤਾ ਹੈਗੀ ਸੀ, ਪਿੰਡ ਵਿੱਤ ਨਹੀਂ ਕਮਾ ਸਕਦੇ ਜੇ ਮਾਨਸਿਕਤਾ ਨਹੀਂ ਹੈਗੀ। ਐਜੂਕੇਸ਼ਨ ਦਾ ਵੱਡਾ ਇਫੈਕਟ ਹੈਗਾ, ਐਜੂਕੇਸ਼ਨ ਦੇ ਇਫੈਕਟ ਦੇ ਕਾਰਨ ਹੀ ਇਹ ਜਿਹੜੀਆਂ ਚੀਜ਼ਾਂ ਪੰਜਾਬ 'ਚ ਵਿੱਚ ਫੈਲਦੀਆਂ। ਲੇਕਿਨ ਉੱਥੋਂ ਸਰਕਾਰਾਂ ਵੱਲੋਂ ਵੀ ਜਿਹੜੀਆਂ ਹੱਲਾਸ਼ੇਰੀਆਂ ਦਿੱਤੀਆਂ ਜਾਂਦੀਆਂ, ਮੇਰੀ ਮਾਨਯੋਗ ਸੁਪਰੀਮ ਕੋਰਟ ਨੂੰ ਬੇਨਤੀ ਆ ਕਿ ਇਸ ਜਿਹੜਾ ਲਿਵਿੰਗ ਰਿਲੇਸ਼ਨ ਦਾ ਤੁਸੀਂ ਇੱਕ ਰੂਲ ਕੱਢਿਆ ਆ, ਇਹਦੇ ਉੱਤੇ ਕਿਤੇ ਨਾ ਕਿਤੇ ਜਾਂਚ ਕੀਤੀ ਜਾਵੇ ਸਾਡੀ ਸੱਭਿਅਤਾ ਦੇ ਖਿਲਾਫ। ਦੇਖੋ ਜੀ, ਮੋਸਟਲੀ ਆਪਾਂ ਪਿੰਡਾਂ ਦੇ ਵਿੱਚ ਸਰਵੇ ਕਰੀਏ ਤਾਂ ਹਰ ਪਿੰਡ ਦੀ ਧੀ ਉਸੇ ਪਿੰਡ 'ਚ ਵਿਆਹੀ ਜਾ ਰਹੀ ਹੈ। ਇਹ ਜਿਹੜੀ ਰੀਤ ਚੱਲਦੀ ਆ ਰਹੀ ਹੈ, ਇਸ ਰੀਤ ਨੂੰ ਖਤਮ ਕਰਨ ਲਈ ਪਿੰਡ ਵਾਲੇ ਨਹੀਂ ਚਾਹੁੰਦੇ, ਉਹਨਾਂ ਦੇ ਬਜ਼ੁਰਗ ਨਹੀਂ ਚਾਹੁੰਦੇ ਕਿ ਸਾਡੀਆਂ ਧੀਆਂ ਇਸੇ ਪਿੰਡ 'ਚ ਰਹਿਣ, ਕਿਉਂਕਿ ਧੀਆਂ ਤੁਹਾਨੂੰ ਪਤਾ ਪੁਰਾਣੇ ਪਿੰਡਾਂ ਦੀ ਸੱਭਿਅਤਾ ਹੈਗੀ ਸੀ, ਪਿੰਡ ਦੇ ਲੋਕ ਹੀ ਕਰਦੇ ਸੀ, ਜੇ ਕੋਈ ਬਾਹਰੋਂ ਜਵਾਈ ਆਉਂਦਾ ਪੂਰੇ ਪਿੰਡ ਦਾ ਜਵਾਈ ਹੁੰਦਾ ਸੀ। ਹੁਣ ਉਹ ਜਿਹੜੀ ਰੀਤ ਖਤਮ ਹੋ ਰਹੀ ਆ ਕਿ ਉਹੀ ਪਿੰਡ ਦੇ ਵਿੱਚ ਸੇਮ ਕੁੜੀ ਆਂਢੀ ਗੁਆਂਢੀਆਂ 'ਚ ਵਿਆਹੀਆਂ ਜਾ ਰਹੀਆਂ ਵਾ, ਅਤੇ ਪ੍ਰਸ਼ਾਸਨ ਵੀ ਉਹਨਾਂ ਦੇ ਉੱਤੇ ਕੋਈ ਨਕੇਲ ਨਹੀਂ ਪਾ ਰਿਹਾ। ਪ੍ਰਸ਼ਾਸਨ ਨੇ ਹੁਣ ਕੀ ਤੁਹਾਨੂੰ ਆਸ਼ਵਾਸਨ ਦਿੱਤਾ? ਦੇਖੋ ਜੀ, ਆਪਾਂ ਮੈਡਮ ਨੂੰ ਮਿਲੇ ਸਾਂ, ਮੈਡਮ ਨੂੰ ਇੱਕੋ ਗੱਲ ਕੀਤੀ, ਜੇ ਤਾਂ ਉਹਨਾਂ ਨੇ ਕੋਰਟ 'ਚ ਕੇਸ ਲਾਇਆ ਪਹਿਲਾਂ ਦੱਸਣ ਤਾਂ ਸਹੀ ਇਹਨਾਂ ਨਾਲ ਵਿਆਹ ਹੋਇਆ, ਕਿਸ ਵਿਹਾਵ 'ਤੇ ਕੇਸ ਲਾਇਆ, ਜੋ ਇਹਨਾਂ ਦਾ ਸਰੀਰਕ ਸ਼ੋਸ਼ਣ ਕਰਕੇ ਕੋਈ ਵੀ ਕੋਰਟ ਦੇ ਵਿੱਚ ਕੇਸ ਲਾ ਲਏਗਾ ਇਹਨਾਂ, ਮਤਲਬ ਫਿਰ 376 ਦੀ ਚੱਲ ਦਿਹਾੜੀ ਧਾਰਾ ਵਾ ਉਹ ਲੁਪਤ ਹੋ ਜਾਏਗੀ। ਉਹ ਕੁੜੀਆਂ ਕਹਿ ਨਹੀਂ ਪਾਉਣਗੇ, ਜਿਹੜਾ ਕੁੜੀਆਂ ਨੂੰ ਇੱਕ ਸੇਫ ਸਾਈਡ ਦਿੱਤੀ ਹੋਈ ਹੈ ਕਿ 376 ਦੀ ਧਾਰਾ ਬਲਤਕਾਰ ਦੀ ਧਾਰਾ ਉਹ ਲੁਪਤ ਹੋ ਜਾਏਗੀ। ਉਹ ਲੁਪਤ ਨਾ ਹੋਵੇ, ਇਹਨਾਂ ਧੀਆਂ ਨੂੰ ਇਨਸਾਫ ਮਿਲੇ, ਉਹ 'ਤੇ ਪਰਚਾ ਦਰਜ ਕੀਤਾ ਜਾਵੇ 376 ਦਾ ਪਲੱਸ 420 ਦਾ, ਤਾਂ ਜੋ ਉਹਨਾਂ ਪਤਾ ਲੱਗੇ ਕਿ ਕਿਸੇ ਵੀ ਧੀ ਨੂੰ ਹੱਥ ਪਾਉਣ ਤੋਂ ਪਹਿਲਾਂ ਸੋਚਣਾ ਹੈ ਕਿ ਕਾਨੂੰਨ ਸਾਨੂੰ ਸਜ਼ਾ ਕੀ ਦੇਗਾ। ਜੇਕਰ ਨਹੀਂ ਹੁੰਦੀ ਕੋਈ ਕਾਰਵਾਈ ਤਾਂ ਕੀ ਹੋ ਸਕਦਾ? ਦੇਖੋ ਜੀ, ਜੇ ਨਹੀਂ ਕਾਰਵਾਈ ਹੁੰਦੀ ਤਾਂ ਵੱਡਾ ਇਕੱਠ ਲੈ ਕੇ ਇਸ ਦੇ ਹੱਕ ਦੇ ਵਿੱਚ ਇੱਕ ਵੱਡੀ ਰੈਲੀ ਕੱਢਾਂਗੇ। ਉਸ ਤੋਂ ਬਾਅਦ ਨਹੀਂ ਕਾਰਵਾਈ ਹੁੰਦੀ ਤਾਂ ਫਿਰ ਕਿਸੇ ਨਾ ਕਿਸੇ IPS ਅਫਸਰ ਦਾ ਘਿਰਾਓ ਕਰਾਂਗੇ, ਤਾਂ ਜੋ ਇਹਨਾਂ ਧੀਆਂ ਨੂੰ ਇਨਸਾਫ ਮਿਲ ਸਕੇ। ਚਾਹੇ ਐਜੂਕੇਸ਼ਨ ਇਹਨਾਂ ਨੂੰ ਕੋਈ ਨਹੀਂ ਹੈਗੀ, ਲੇਕਿਨ ਇਹਨਾਂ ਧੀਆਂ ਨੂੰ ਇਨਸਾਫ ਮਿਲਣ ਲਈ ਸੜਕਾਂ 'ਤੇ ਉਤਰਿਆ ਜਾਏਗਾ, ਅਧਿਕਾਰੀਆਂ ਦੇ ਘਰ ਘੇਰੇ ਜਾਣਗੇ, ਆਰਟੀਕਲ 19 ਵਰਤਿਆ ਜਾਏਗਾ, ਰਾਈਟ ਟੂ ਸਪੀਚ, ਰਾਈਟ ਟੂ ਐਜੀਟੇਸ਼ਨ ਵਰਤਿਆ ਜਾਏਗਾ, ਲੇਕਿਨ ਅਧਿਕਾਰ ਤਾਂ ਲੈਣੇ ਪੈਣੇ ਹੈ ਨਾ।